ਜਿਤਕਰ ਮਿਸ਼ਨ ਨਿਊਜ਼ ਚੈਨਲ, ਮੈਂ ਹਾਂ ਤੁਹਾਡੇ ਨਾਲ ਫਤਿਹ ਸਿੰਘ। ਇਸ ਵਕਤ ਅਸੀਂ ਬਠਿੰਡੇ ਕਟਾਰੀਆ ਇਲੈਕਟ੍ਰੋ ਹੋਮਿਓਪੈਥਿਕ ਹੋਸਪਿਟਲ ਦੇ ਵਿੱਚ ਬੈਠੇ ਹਾਂ ਜੀ। ਬਹੁਤ ਸਾਰੇ ਇਸ ਤਰ੍ਹਾਂ ਦੇ ਦਿੱਕਤਾਂ ਨੇ ਜਿਹੜੀਆਂ ਕਿ ਲੇਡੀਜ਼ ਨੂੰ ਜਾਂ ਬੜੀਆਂ ਪ੍ਰੋਬਲਮ ਆਉਂਦੀਆਂ ਨੇ। ਔਰ ਮੇਰੇ ਨਾਲ ਡਾਕਟਰ ਜਸਵੀਰ ਕੌਰ ਕਟਾਰੀਆ BA MS ਜੋ ਕਿ ਮੇਰੇ ਨਾਲ ਬੈਠੇ ਹਨ, ਆਪਾਂ ਉਹਨਾਂ ਤੋਂ ਜਾਣਾਂਗੇ ਵੀ ਲੇਡੀਜ਼ ਨੂੰ ਕਿਹੜੀਆਂ ਕਿਹੜੀਆਂ ਪ੍ਰੋਬਲਮਾਂ ਨੇ ਜਿਹੜੀਆਂ ਕਿ ਜਿਨ੍ਹਾਂ ਨੂੰ ਕੀ ਪਰੇਸ਼ਾਨੀ ਹੁੰਦੀ ਹੈ, ਅਤੇ ਹੋਰ ਵੀ ਉਹਨਾਂ ਤੋਂ ਕਈ ਕਿਸਮ ਦੀ ਕੋਈ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਜੋ ਕਿ ਆਪਣੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਊਗੀ। ਆਪਾਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਡਾਕਟਰ ਜਸਵੀਰ ਕਟਾਰੀ ਦਾ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਅੰਮ੍ਰਿਤਕਰ ਮਿਸ਼ਨ ਚੈਨਲ 'ਚ। ਅੱਛਾ ਡਾਕਟਰ ਸਾਹਿਬ, ਪਹਿਲਾਂ ਤੁਸੀਂ ਇਹ ਦੇਖੋ ਵੀ ਦੱਸੋ ਵੀ ਪ੍ਰੋਬਲਮਾਂ ਕਿਹੜੀਆਂ ਕਿਹੜੀਆਂ ਨੇ ਵੀ ਜਿਹੜੀਆਂ ਤੁਸੀਂ ਕਿਸ ਚੀਜ਼ ਦਾ ਟ੍ਰੀਟਮੈਂਟ ਕਰਦੇ ਹੋ ਇੱਥੇ ਆਪਣੇ ਹਸਪਤਾਲ ਦੇ ਵਿੱਚ ਜੀ? ਮੇਰੇ ਕੋਲ ਗਾਇਨੀ ਹੈ ਜੀ, ਜਿਸ ਤਰ੍ਹਾਂ PCOD ਬੱਚਤਦਾਨੀ ਦੀਆਂ ਰਸੌਲੀਆਂ, ਅੰਡਾਦਾਨੀ ਦੀਆਂ ਰਸੌਲੀਆਂ ਹੋ ਗਈਆਂ, ਛਾਤੀ ਦੀਆਂ ਗੰਢਾਂ ਹੋ ਗਈਆਂ ਜੀ, PID PCOD ਜੀ, ਇਹਨਾਂ ਚੀਜ਼ਾਂ ਦਾ ਵਿਦਆਊਟ ਓਪਰੇਟ ਇੱਥੇ ਇਲੈਕਟ੍ਰੋਪੈਥੀ ਵਿੱਚ ਟ੍ਰੀਟਮੈਂਟ ਕੀਤਾ ਜਾਂਦਾ ਹੈ। ਔਰ ਬਹੁਤ ਸਾਰੇ ਜਿਵੇਂ ਇਨਫਰਟੀਲਿਟੀ, ਮੇਨ ਇਨਫਰਟੀਲਿਟੀ ਜਿਨ੍ਹਾਂ ਦੇ ਬਹੁਤ ਹੀ ਕਾਫੀ ਸਾਰੀਆਂ ਦਿੱਕਤਾਂ ਦੀ ਵਜ੍ਹਾ ਕਰਕੇ ਕਈਆਂ ਦੇ IVF ਵੀ ਹੋਏ ਹੁੰਦੇ ਆ, IV ਵੀ ਹੋਏ ਹੁੰਦੇ ਆ, ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉੱਥੇ ਇਲੈਕਟ੍ਰੋਪੈਥੀ ਦੇ ਵਿੱਚ ਸਕਸੈਸ ਇਲਾਜ ਕੀਤਾ ਜਾਂਦਾ ਜੀ। ਤੁਸੀਂ ਬਾਹਰ ਬੱਚਿਆਂ ਦੇ ਪਿਕਚਰਸ ਦੇਖੀਆਂ ਹੀ ਨੇ, ਕੋਈ 11 ਸਾਲ ਬਾਅਦ ਕਿਸੇ ਦੇ ਬੱਚਾ ਹੋਇਆ, ਕਿਸੇ 18 ਸਾਲ ਬਾਅਦ, ਲਾਸਟ ਹੁਣੇ ਇੱਕ ਬੱਚਾ 21 ਸਾਲ ਬਾਅਦ ਵੀ ਮੈਰਿਜ ਤੋਂ ਹੋਇਆ ਜੀ, ਅਤੇ ਹੁਣੇ ਇੱਕ ਕੁਛ ਦਿਨ ਪਹਿਲੇ ਹੀ 5 ਸਾਲ ਬਾਅਦ ਵੀ ਇੱਕ ਬੇਟਾ ਹੋਇਆ। ਉਹ ਵਿਦਆਊਟ ਓਪਰੇਟ ਇਹਨਾਂ ਚੀਜ਼ਾਂ ਨੂੰ ਰਿਮੂਵ ਕੀਤਾ ਜਾਂਦਾ, ਕਿਉਂਕਿ ਇਲੈਕਟ੍ਰੋਪੈਥੀ ਜੋ ਹੈ ਇਹਨੇ ਬਲੱਡ ਅਤੇ ਲਿੰਫ ਦੀ ਸਫਾਈ ਕਰ ਦੇਣੀ ਹੈ। ਇਹ ਪਲਾਂਟ ਦੇ ਅਰਕ ਤੋਂ ਇਹ ਮੈਡੀਸਨ ਤਿਆਰ ਕੀਤੀ ਜਾਂਦੀ ਹੈ, ਜਿਹਦਾ ਕਿਸੇ ਵੀ ਔਰਗਨ 'ਤੇ ਕੋਈ ਨੁਕਸਾਨ ਨਹੀਂ ਹੈਗਾ। ਹਰ ਔਰਗਨ ਦੀ ਸਫਾਈ ਕਰਕੇ ਉਹਨੂੰ ਤੰਦਰੁਸਤ ਬਣਾਉਂਦੀ ਹੈ, ਅਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਬਿਨਾਂ ਰੋਗਾਂ ਦੇ ਬੀਤਦਾ ਹੈ, ਔਰ ਏਜ ਪਲੱਸ ਹੁੰਦੀ ਜਾਂਦੀ ਹੈ ਜੀ। ਕਿਉਂਕਿ ਇੱਕ ਐਸੀ ਪੈਥੀ ਹੈ ਜੀ ਜਿਹਨੇ ਪੂਰੀ ਬਾਡੀ ਦੀ ਸਫਾਈ ਸ਼ੀਸ਼ੇ ਵਾਂਗੂ ਕਰ ਦੇਣੀ ਹੈ ਕਿ ਕੋਈ ਰੋਗ ਨਹੀਂ ਰਹਿੰਦਾ। ਇਹ ਇੰਨੀ ਕੁ ਸਸਤੀ ਹੈ ਕਿ ਇਹਦੇ 'ਚ ਹਰ ਕੋਈ ਇਨਸਾਨ ਆਪਣਾ ਟ੍ਰੀਟਮੈਂਟ ਕਰਵਾ ਸਕਦਾ, ਗਰੀਬ ਤੋਂ ਗਰੀਬ ਆਦਮੀ ਵੀ, ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਇਨਸਾਨ ਦੇਖੇ ਜਾਂਦੇ ਕਿ ਪੈਸੇ ਦੀ ਵਜ੍ਹਾ ਨਾਲ ਬਹੁਤ ਸਾਰੇ ਟ੍ਰੀਟਮੈਂਟ ਜਿਹੜੇ ਉਹ ਨਹੀਂ ਲੈ ਸਕਦੇ। ਇਹ ਇਲੈਕਟ੍ਰੋਪੈਥੀ ਦੇ ਵਿੱਚ ਹਰ ਤਰ੍ਹਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ, ਸਿਰ ਦਰਦ ਤੋਂ ਲੈ ਕੇ ਬਲੱਡ ਕੈਂਸਰ ਤੱਕ, ਲੀਵਰ ਸੋਰਾਇਸਿਸ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਅੰਬੇਦਕਰ ਮਿਸ਼ਨ ਨਿਊਜ਼ ਚੈਨਲ, ਮੈਂ ਹਾਂ ਤੁਹਾਡੇ ਨਾਲ ਫਤਿਹ ਸਿੰਘ। ਇਸ ਵਕਤ ਅਸੀਂ ਬੈਠੇ ਹਾਂ ਬਠਿੰਡੇ ਡਾਕਟਰ SK ਕਟਾਰੀਆ ਸਾਹਿਬ ਕੋਲ, ਜਿਨ੍ਹਾਂ ਦਾ ਕਿ ਆਲ ਓਵਰ ਇੰਡੀਆ ਦੇ ਵਿੱਚ ਬਹੁਤ ਹੀ ਵਧੀਆ ਨਾਮ ਹੈ, ਔਰ ਬੜੀ ਦੂਰੋਂ ਦੂਰੋਂ ਇਹਨਾਂ ਕੋਲ ਪੇਸ਼ੈਂਟ ਆਉਂਦੇ ਹਨ। ਲੇਕਿਨ ਜਿੱਥੋਂ ਆਪਾਂ ਗੱਲ ਕਰੀਏ, ਜਿਹੜੇ ਕਿ ਬੱਚੇ ਜਿਨ੍ਹਾਂ ਦੇ ਨਹੀਂ ਹੁੰਦੇ, ਜਾਂ ਕਹਿ ਲਓ ਕਿਸੇ ਕਿਸਮ ਦੀਆਂ ਟਿਊਬਾਂ ਬੰਦ ਹਨ, ਜਾਂ ਹੋਰ ਕਿਸੇ ਕਿਸਮ ਦੀ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ, ਜਾਂ ਕਹਿ ਲਓ ਵੀ ਕਿਸੇ ਕਿਸਮ ਦੀ ਵੀ ਕੋਈ ਅੰਦਰੋਂ ਪਰੇਸ਼ਾਨੀ ਹੈ, ਉਹ ਡਾਕਟਰ ਸਾਹਿਬ ਬੜੇ ਹੀ ਵਧੀਆ ਢੰਗ ਨਾਲ ਉਹਨਾਂ ਦਾ ਇਲਾਜ ਕਰਦੇ ਹਨ, ਅਤੇ ਲੰਬੇ ਸਮੇਂ ਤੋਂ ਇਹ ਬਠਿੰਡੇ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹਨ। ਮੇਰੇ ਨਾਲ ਬੈਠੇ ਹਨ ਡਾਕਟਰ SK ਕਟਾਰੀਆ, ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ, ਅਤੇ ਸਵਾਗਤ ਵੀ ਕਰਦੇ ਹਾਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ ਅੰਬੇਦਕਰ ਮਿਸ਼ਨ ਨਿਊਜ਼ ਚੈਨਲ 'ਚ। ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਤੁਹਾਡਾ ਅਸੀਂ ਇੱਥੇ ਪਹੁੰਚਣ 'ਤੇ ਜੀ ਆਇਆ ਕਰਦੇ ਹਾਂ ਜੀ। ਸਰ, ਇਲੈਕਟ੍ਰੋਪੈਥੀ ਦੀ ਤੁਸੀਂ ਗੱਲ ਕੀਤੀ ਹੈ, ਤੁਸੀਂ ਗੱਲ ਕੀਤੀ ਹੈ ਬੱਚੇ ਦਾ ਨਹੀਂ, ਰਸੌਲੇ ਦੀ ਗੱਲ ਕੀਤੀ ਹੈ ਕਿ ਔਲਾਦ ਕਿਸੇ ਦੇ ਨਾ ਹੁੰਦੀ ਹੋਵੇ। ਇਹ ਕਲੋਟਸ ਬਣ ਜਾਂਦੇ ਆ, ਫਾਈਬਰਡਸ ਬਣ ਜਾਂਦੀਆਂ, PCOD ਬਣ ਜਾਂਦੀਆਂ ਬੱਚੇਦਾਨੀ ਦੇ ਅੰਦਰ, ਟਿਊਬਾਂ ਬਲੋਕ ਹੋ ਜਾਂਦੀਆਂ ਜਦ ਕੋਈ ਕਿਸੇ ਕਿਸਮ ਦੀ ਕੋਈ ਉਹਦੇ ਅੰਦਰ ਕਲੋਟਸ ਪੈਦਾ ਹੋ ਜਾਂਦੇ ਆ। ਇਹਨਾਂ ਕਲੋਟਸ ਨੂੰ ਖਤਮ ਕਰਨ ਦੇ ਵਾਸਤੇ ਅਗਰ ਅਸੀਂ ਅਦਰ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਸਰਜਰੀ ਦੇ ਮਾਧਿਅਮ ਦੇ ਨਾਲ ਹੀ ਇਹਨਾਂ ਨੂੰ ਰਿਮੂਵ ਕੀਤਾ ਜਾ ਸਕਦਾ। ਲੇਕਿਨ ਇਲੈਕਟ੍ਰੋਹੋਮਿਓਪੈਥੀ ਜਿਹੜੀ ਹੈ, ਇਹ ਬਿਨਾਂ ਓਪਰੇਸ਼ਨ ਦੇ ਇਹਨਾਂ ਟਿਸ਼ੂ ਕਲੋਟਸ ਨੂੰ, ਇਹਨਾਂ ਫਾਈਬਰਾਇਡਸ ਨੂੰ, ਇਹਨਾਂ PCODs ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਠੀਕ ਕਰਦੀ ਹੈ, ਉਹਨਾਂ ਨੂੰ ਖਤਮ ਕਰਦੀ ਹੈ। ਔਰ ਜਿਨ੍ਹਾਂ ਦੇ ਔਲਾਦਾਂ ਨਾ ਹੋ ਰਹੀਆਂ ਹੁਣ ਇਹਨਾਂ ਪ੍ਰੋਬਲਮਾਂ ਦੀ ਵਜ੍ਹਾ ਦੇ ਕਰਕੇ, ਅਤੇ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦੇ ਘਰਾਂ ਦੇ ਵਿੱਚ ਔਲਾਦਾਂ ਜਿਹੜੀ ਹੈਗੀ ਉਹਨਾਂ ਦੇ ਗੋਦ ਦੇ ਵਿੱਚ ਉਹ ਖੇਡਦੀਆਂ ਫਿਰਦੀਆਂ ਜੀ। ਡਾਕਟਰ ਸਾਹਿਬ, ਗੱਲ ਕਰੀਏ ਜੀ, ਇਸ ਤੋਂ ਬਿਨਾਂ ਹੋਰ ਤੁਸੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਇੱਥੇ ਆਪਣੇ ਹਸਪਤਾਲ ਦੇ ਵਿੱਚ ਇਲਾਜ ਕਰਦੇ ਹੋ ਜੀ? ਦੇਖੋ,
इलैक्ट्रो होम्योपैथी जिहड़ा हैगा इह साडा इक ब्लड एंड लिम्फ बॉडी दे विचों कहिंदे वी कोई भी सिस्टम है जदों साडा ठीक हुंदा है लिवर ते किडनी दी गल करांगे अगर साढ़े गुरदे फिल्टर करते पे प्रॉपर बॉडी नूं और साड़ी जो नाल ही लिवर की असी गल करांगे अगर वह सिस्टम नूं ठीक करता पे अगर दोनों पार्ट लिवर और किडनी ठीक है साढ़े ब्लड बनाउन वाला भी तो प्योरीफिकेशन करने वाला भी अगर ये दोनों ठीक है तो शरीर के अंदर कोई रोग टिक ही नहीं पाता क्योंकि गुरद्या दे विच जद रेता मिट्टी चिकड़ जमा हो जाता है तो वो उन्ना प्रॉपर बॉडी नूं वाश नहीं कर पा रहे होंगे जिन्ना उन्होंने करना चाहिए। हुण हुंदा क्या अगर उन्होंने ज़्यादा मिट्टी रेता